ਕਿਤੇ ਕੱਲੀ ਉਹ ਬਹਿ ਬਹਿ ਕੇ ਫੀਲ ਤਾਂ ਕਰਦੀ ਹੋਣੀ ਐ, ਬਲੌਕ ਕਰ ਗਈ ਆ ਮੈਨੂੰ, ਚੈਟ ਤਾਂ ਪੜ੍ਹਦੀ ਹੋਣੀ ਐ। ਲਓ ਜੀ, ਸਾਊਂਡ ਆ ਬਹਿ ਗਿਆ ਕੁਰਸੀ 'ਤੇ, ਸਵਾਲ ਆਉਂਦੇ ਤੁਹਾਡੇ ਸਾਰੇ। ਨਿਸ਼ਾਨੀ ਤਾਂ ਕੋਈ ਨਹੀਂ ਸਾਂਭ ਕੇ ਰੱਖੀ, ਪਰ ਬਿੱਲ ਜ਼ਰੂਰ ਸਾਂਭ ਕੇ ਰੱਖਿਆ ਕਿ ਜਦੋਂ ਦੇਖਦਾ ਰੋਣਾ ਆ ਜਾਂਦਾ ਵੀ ਯਾਰ ਹਾਸੇ ਹਾਸੇ 'ਚ ਕੁਛ ਜ਼ਿਆਦਾ ਹੀ ਖਰਚਾ ਹੋ ਗਿਆ। ਕਮਜ਼ੋਰੀਆਂ ਹੈਗੀਆਂ ਜੀ ਮੇਰੀ, ਲੇਜ਼ੀਨੈਸ ਅਤੇ ਖਾਣ ਦਾ ਬਹੁਤ ਸ਼ੌਕੀਨ ਆ ਮੈਂ ਹੁਣ, ਉਹ ਕਮਜ਼ੋਰੀ ਇੱਕ ਤਾਂ ਮੈਂ ਦੂਰ ਕਰਤੀ ਆ ਐਂਡ ਲੇਜ਼ੀਨੈਸ ਵੀ ਦੂਰ ਕਰ ਹੀ ਦਿੱਤੀ ਆ, ਬੈਕ ਟੂ ਬੈਕ ਗਾਣੇ ਆ ਰਹੇ ਨੇ। ਇਹਦਾ ਸਖੀਆਂ ਦਾ ਹੈਗਾ ਆ, ਜਿਵੇਂ ਜ਼ਿਆਦਾ ਹੋ ਜਾਣ ਤਾਂ ਸਖੀਆਂ ਤੰਗ ਕਰਦੀਆਂ ਨੇ, ਮਿੱਠਾ ਖਾਣ ਵੇਲੇ ਮੱਖੀਆਂ ਤੰਗ ਕਰਦੀਆਂ ਨੇ। ਸਖੀਆਂ ਦੋ ਚੀਜ਼ਾਂ ਦਾ ਜ਼ਿਆਦਾ ਧਿਆਨ ਰੱਖਦੀਆਂ, ਆਪਣੇ ਹੱਥਾਂ ਦੇ ਨੇਲ ਅਤੇ ਕੱਪੜਿਆਂ ਦੀ ਸੇਲ। ਵੈਸੇ ਤਾਂ ਮੇਰੇ ਘਰਦਿਆਂ ਦੀ ਬੜੀ ਸਪੋਰਟ ਰਹੀ ਆਲਵੇਜ਼, ਹੈ ਨਾ, ਪਰ ਇੱਕ ਵਾਰ ਡੈਡੀ ਆ ਕੇ ਕਹਿੰਦੇ, ਮੈਂ ਸੁੱਤਾ ਪਿਆ ਸੀ 10-11 ਵੱਜ ਗਏ ਸੀ, ਆ ਕੇ ਕਹਿੰਦੇ ਵੀ ਹੋਰ ਤਾਂ ਕੁਛ ਹੈ ਨਹੀਂ, ਕੱਦ ਤੇਰੇ ਪੱਲੇ ਜ਼ਰੂਰ ਆ, ਸੋ ਬਠਿੰਡੇ ਭਰਤੀ ਆ ਫੌਜ ਦੀ, ਜਾ ਭਰਤੀ ਦੇ ਆ। ਸੋ ਮੇਰੇ ਅੱਜ ਤੱਕ ਯਾਦ ਆਉਂਦਾ। ਬਾਈ ਇੱਕੋ ਗੱਲ ਕਹਿੰਦਾ ਹੁੰਦਾ ਕਿ ਜਦੋਂ ਬਾਈ ਨੇ ਮੇਰਾ ਗਾਣਾ ਵੀ ਲਿਖਿਆ ਸੀ ਯਾਰੀ ਬੜੀ ਸੌਖੀ ਤੋੜ ਗਈ, ਮੈਂ ਬੜਾ ਦਿਲੋਂ ਥੈਂਕ ਯੂ ਕੀਤਾ ਬਾਈ ਦਾ। ਬਾਈ ਕਹਿੰਦਾ ਯਾਰ ਮੈਂ ਨਹੀਂ ਕੀਤਾ, ਇਹ ਰੱਬ ਆਪੇ ਕਰਾਉਂਦਾ, ਵੀ ਤੂੰ ਸੋਚ ਮੈਂ ਕਦੇ ਕਿਸੇ ਲਈ ਗਾਣੇ ਵੀ ਨਹੀਂ ਲਿਖੇ, ਤੇਰੇ ਲਈ ਪਤਾ ਨਹੀਂ ਕਿਉਂ ਆਪੇ ਰੱਬ ਨੇ ਲਿਖਾਇਆ, ਸੋ ਜੋ ਕਰਦਾ ਰੱਬ ਕਰਦਾ, ਪਰ ਆਪਣੀ ਮਿਹਨਤ ਜਾਰੀ ਰੱਖੋ। ਮੈਂ ਆਪਣੇ ਹੀ ਬਣਾਈ ਹੋਈ ਚੀਜ਼ ਜਿਹਦੀ ਮੈਂ ਜ਼ਿਆਦਾ ਤਾਰੀਫ ਕਰਦਾ, ਉਹ ਮੈਂ ਓਟਸ ਬਣਾ ਰਿਹਾ ਅੱਜ ਕੱਲ੍ਹ ਬੜੇ ਘੈਂਟ, ਸੋ ਓਟਸ ਦੇ ਵਿੱਚ ਸਾਰੀਆਂ ਬੈਰੀਆਂ ਪਾ ਕੇ ਸਟ੍ਰੋਬੇਰੀ ਪਾ ਕੇ, ਉਹ ਬਹੁਤ ਸੋਹਣੀ ਚੀਜ਼ ਘੈਂਟ ਚੀਜ਼ ਬਣਾਉਣਾ। ਅੰਗਰੇਜ਼ੀ ਜਿੰਨੀ ਮਰਜ਼ੀ ਸਿੱਖ ਲਓ, ਭਾਵੇਂ 9 ਬੈਂਡ ਲੈ ਲਓ ਆਈਲੈਟਸ 'ਚੋਂ, ਪਰ ਜਦੋਂ ਕੁੱਤਾ ਵਿੱਚੇ ਪੈਂਦਾ ਨਾ, ਇੱਕੋ ਜਿਹੀ ਕਹਿੰਦੇ ਹੱਟ ਹੱਟ ਹੱਟ। ਇੰਡਸਟਰੀ 'ਚ ਵੈਸੇ ਤਾਂ ਸਾਰੀਆਂ ਚੀਜ਼ਾਂ ਵਧੀਆ ਹੋ ਜਾਂਦੀਆਂ, ਸਾਰੇ ਲੋਕ ਵਧੀਆ ਨੇ, ਪਰ ਜਦੋਂ ਇੱਕਦਮ ਸਾਰੇ 10-15 ਸਿੰਗਰਸ ਕਿਤੇ ਇਕੱਠੇ ਹੁੰਦੇ ਨੇ, ਉੱਥੇ ਫਿਰ ਮੈਂ ਸ਼ਾਈ ਹੋ ਜਾਂਦਾ, ਚੁੱਪ ਕਰ ਜਾਂਦਾ ਮੈਂ। ਸੋ ਮੈਂ ਆਪਣੇ ਕੰਫਰਟੇਬਲ ਆਪਣੇ ਯਾਰਾਂ ਦੋਸਤਾਂ ਨਾਲ ਹੁੰਦਾ, ਸਿਰਫ ਇੱਕ ਦੋ ਹੀ ਨੇ। ਸਖੀਆਂ ਨੇ ਮੈਨੂੰ ਮੈੜੇ ਮਾਰਦੀਆਂ, ਉੱਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ, ਸ਼ਾਮ ਨੂੰ ਤੂੰ ਕਿੱਥੇ ਕਿਹਦੇ ਨਾਲ ਹੁੰਦਾ ਆ, ਵੇਖੀਆਂ ਮੈਂ ਫੋਟੋਆਂ ਵੇ ਕਾਰ ਦੀਆਂ, ਮੈਨੂੰ ਡਰ ਜਿਹਾ ਲੱਗਦਾ ਏ ਦਿਲ ਟੁੱਟ ਨਾ ਜਾਏ ਵਿਚਾਰਾ, ਤੇਰੇ ਯਾਰ ਬਥੇਰੇ ਨੇ ਮੇਰਾ ਤੂੰ ਹੀ ਹੈ ਬਸ ਯਾਰਾ। ਥੈਂਕ ਯੂ ਜੀ।